ਨਾਭਾ ਦੇ ਨੇੜਲੇ ਪਿੰਡ ਲੁਬਾਣਾ ਦੀ ਸਰਕਾਰੀ ਜਗ੍ਹਾ ਤੇ ਆਂਕੜਿਆਂ ਮੁਤਾਬਿਕ ਸਰਕਾਰੀ ਜ਼ਮੀਨ 100 ਵਿਗੇ ਤੋਂ ਉੱਪਰ ਜ਼ਮੀਨ ਤੇ ਨਾਜਾਇਜ਼ ਕਬਜ਼ੇ ਦੱਸੇ ਜਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਹ ਪਿੰਡ ਕਾਫੀ ਪੁਰਾਣਾ ਵਸਿਆ ਹੋਇਆ ਹੈ। ਇਸ ਕਰਕੇ ਅਸੀਂ ਪ੍ਰਯੋਗ ਮੰਗ ਕਰਦੇ ਹਾਂ ਮੰਤਰੀ ਤੋਂ ਔਰ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਾਡੀ ਜਿਹੜੀ ਸਾਮਲਾਟ ਨਜਾਇਜ਼ ਕਬਜ਼ੇ ਦੇ ਥੱਲੇ ਆ ਇਹਨੂੰ ਖਾਲੀ ਕਰਾਇਆ ਜਾਵੇ ਜਾਂ ਕਿ ਮੈਨੂੰ ਅਧਿਕਾਰ ਦੇ ਕੇ ਮੈਂ ਰਿੱਟ ਪਾਵਾਂ ਹਾਈ ਕੋਰਟ, ਮੈਨੂੰ ਅਧਿਕਾਰ ਦਿਵਾਇਆ ਜਾਵੇ ਮੈਂ ਰਿੱਟ ਪਾਵਾਂ, ਮੈਂ ਸਾਰੀ ਸਾਮਲਾਟ ਖਾਲੀ ਕਰਾਉਣ ਦਾ ਮੈਂ ਰੱਖਦਾ ਜੀ। ਇਹ ਤਕਰੀਬਨ ਕੋਈ 70 ਸਾਲ ਤੋਂ ਤਕਰੀਬਨ ਇੱਥੇ ਇੱਕ ਪਿੰਡ ਵਸਿਆ ਹੋਇਆ ਹੈ। ਇਹ ਜਿਹੜਾ ਪਿੰਡ ਵਸਿਆ ਹੋਇਆ ਇਹ ਖਾਸਰਾ ਨੰਬਰ 300 ਹੈ ਜੀ। ਉਹਦੀ ਜਿਹੜੀ ਹੁੰਦੀ ਹੈ ਗਿਰਧਾਵਰੀ ਹੁੰਦੀ ਹੈ, ਪਟਵਾਰੀ ਗਿਰਧਾਵਰੀ ਕਰਦਾ, ਉਹ ਆਬਾਦੀ ਦੇ ਨਾਂ 'ਤੇ ਹੋ ਰਹੀ ਹੈ ਹੁਣ ਵੀ, ਅਤੇ ਉਹਦੀ ਜਿਹੜੀ ਮਾਲਕੀਆ ਨਗਰ ਸਭਾ ਦੇ ਦੀ ਹੈ। ਜਿਹੜੀਆਂ ਪਿਛਲੀਆਂ ਪੰਚਾਇਤਾਂ ਰਹੀਆਂ ਨੇ ਹੁਣ ਤੱਕ ਉਹਦੇ ਵਿੱਚ ਡਿਵੈਲਪਮੈਂਟ ਦਾ ਕੰਮ ਕਰਦੀਆਂ ਹੁੰਦੀਆਂ ਨੇ, ਗਲੀਆਂ ਨਾਲੀਆਂ ਦਾ ਪਿਛਲੀਆਂ ਪੰਚਾਇਤਾਂ ਨੇ ਕੰਮ ਕੀਤਾ। ਜੇਕਰ ਉਹ ਨਜਾਇਜ਼ ਕਾਬਜ਼ ਹੁੰਦੀ ਤਾਂ ਫਿਰ ਪਿਛਲੀਆਂ ਪੰਚਾਇਤਾਂ ਨੇ ਜਿਹੜੀਆਂ ਉਹ ਵੀ ਉੱਥੇ ਡਿਵੈਲਪਮੈਂਟ ਦਾ ਕੰਮ ਨਾ ਕਰਦੀਆਂ ਜਾਂ ਉਹਦੇ ਇਸ ਗੱਲ ਇਹਦੇ ਕਿੰਨੇ ਧਿਆਨ ਦਿੰਦੀਆਂ। ਇਹ ਪਿਛਲੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਸਿਆਣੇ ਬਜ਼ੁਰਗ ਨੇ ਉਹਨਾਂ ਨੇ ਇਹ 10-10 ਰੁਪਏ ਵਿਸਵੇ ਦੇ ਹਿਸਾਬ ਨਾਲ ਜਗ੍ਹਾ ਖਰੀਦੀ ਸੀ, ਇਸ ਕਰਕੇ ਉੱਥੇ ਪਿੰਡ ਵਸਿਆ ਸੀਗਾ ਇੱਕ। ਇਹ ਉਹ ਇੱਕ ਮੇਰਾ ਇਕੱਲੇ ਦਾ ਘਰ ਨਹੀਂ, ਇੱਕ 30-35 ਘਰ ਉੱਥੇ ਤਕਰੀਬਨ ਵਸੇ ਹੋਏ ਨੇ, ਪੂਰਾ ਪਿੰਡ ਵਸਿਆ ਹੋਇਆ, ਮੇਰਾ ਇਕੱਲੇ ਦਾ ਘਰ ਨਹੀਂ। ਅਤੇ ਉਹ ਅਸੀਂ ਪਤਾ ਕੀਤਾ ਸੀਗਾ ਵੀ ਉਹਦਾ ਰਿਕਾਰਡ ਲੱਭ ਜੇ, ਪਰ ਉਹ ਵੀਡੀਓ ਦਫ਼ਤਰ ਤੋਂ ਵੀ ਪਤਾ ਕੀਤਾ, ਅਸੀਂ ਪਟਿਆਲੇ ਵੀ ਪਤਾ ਕੀਤਾ, ਉਹਦਾ ਰਿਕਾਰਡ ਕੋਈ ਨਹੀਂ ਲੱਭਿਆ ਹੈਗਾ। ਉਹ ਕਹਿੰਦੇ ਵੀ 93 ਦੇ ਵਿੱਚ ਜਦੋਂ ਫਲੱਡ ਆਇਆ ਉਦੋਂ ਰਿਕਾਰਡ ਉਹ ਖਰਾਬ ਹੋ ਗਿਆ। ਨਾਭਾ ਤੋਂ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।